ज्ञान हासिल हो जाए, क्योंकि बिना ज्ञान हासिल किए उस सब्जेक्ट ते उस लाइन प्रति तुसी बिल्कुल असफल हो जाओगे। जिस संसार दी दुनिया दे किसे लाइन में सफल होने लिए ज्ञान दी लोड़ है, तो धर्म कोई एडी छोटी चीज है। जेड़ा मनुख धर्म जेड़ा धर्म है वो रब नू वस करदा है, सुन अपने धर्मी मनुख ये समझदा है ना मैं रब दे नेड़े पहुंच जावां, ते रब दा राह प्रभु तक पहुंचाने वाला रास्ता इन्ना साधारण नहीं कि बिना जाने ही मिल जाए। इन पढ़न की लोड़ ही कोई नहीं, इन जानने की जरूरत ही कोई। गुरु ने एवं नहीं फैसला दिता, कहने लगे जहां ज्ञान ते धर्म है। लो संसार से एक दुखांत वापर गया, फैसला सी गुरबाणी का, फैसला सी श्री गुरु ग्रंथ साहिब पातशाह जी का कि भणिया भलिया जे तेरे कोल ज्ञान नहीं तू धर्मी भी नहीं हो सकता। फैसला बदलिया नहीं जा सकता, खासकर जेडे श्री गुरु ग्रंथ साहिब नूं मत्था टेकदे ने उन्हां दे ज़ेहन विच एक गल टिक जानी चाहिए कि धर्मी ओही हो सकता है जिंदे कोल ज्ञान है। दुखांत की वापर गया, मनुख ने धर्म नालों श्रद्धा नूं ज्यादा पहल दे दित्ती। लो मैं थोड़ा जा इस पासे अज दे टॉपिक नूं सांझा करना चाहुंदा, ज्ञान ते विश्वास श्रद्धा दोनों पहलू लोड़ दोहां दी, पर किंदी ज्यादा लोड़ किंदी घट लोड़ किन्नी मिकदार किस चीज दी होनी चाहिए इस संबंधी जानना भी बहुत जरूरी है। अब तुम रोज अरदास करते हो ना, जिन्ना विद्वाना ने अरदास की संपादना की थी, बड़ी सोच समझ के की थी, इसे खरैत मर्यादा विच जड़ी अरदास है उनके विच दोनों ही लफज पाए ने, पर तरतीब बड़ी खूबसूरत दिखती है। रोज तुसी अरदास कर दो सिखां नूं सिखी दा केस दा रैत दा अगे की रख दियो बबेक दा, बबेक बुद्धि की ज्ञान मन बुद्धि, इस तो बाद दो टॉपिक बाद विच ना आउंदा भरोसे दा, रैत दान बबेक दान फिर विशा दान फिर भरोसा दान, लोड़ है भरोसे दे। लेकिन बिना बबेक तो भरोसा जिहड़ा ओह चीज है ਉਹਨੂੰ ਅੰਧ ਵਿਸ਼ਵਾਸ ਤਾਂ ਕਹਿੰਦੇ, ਕਿਉਂ? ਕਿਉਂਕਿ ਵਿਵੇਕ ਜਿਹੜਾ ਹੈ ਉਹ ਅੱਖਾਂ ਨੇ, ਜਿਹੜਾ ਸ਼ਬਦ ਰੂਪੀ ਵਿਵੇਕ, ਕਿਉਂਕਿ ਸਾਰਾ ਸ਼ਬਦ ਜਿਹੜਾ ਹੈ ਉਹ ਵਿਵੇਕ, ਇਸੇ ਲਈ ਕਹਿਤਾ ਜਿਨਕਾਰ ਉਪਦੇਸ਼ ਗਿਆਨ ਅੰਜਨ ਦੀ ਹੈ, ਸਾਰਾ ਸ਼ਬਦ ਵਿਵੇਕ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਾਰੀ ਬਾਣੀ ਗਿਆਨ ਹੈ, ਆਪਣੇ ਲਫ਼ਜ਼ ਆਏ ਸਨ, ज्ञान कबद का मन रहे गुर बिन ज्ञान ना हो, सारा श्री गुरु ग्रंथ साहब जिहड़ा वो ज्ञान स्वरूप है। तो एक ख्याल करो, जिहड़ा ज्ञान तो वे होना श्रद्धा लैके बैठा है, क्योंकि ज्ञान अखां ने, ज्ञान अखां ने, श्रद्धा पैर, दोनों चीजां दा ध्यान दिओ जी। ज्ञान अखां ने, शरदा पैर ने,
ਪੈਰਾਂ ਨਾਲ ਚੱਲਣਾ ਸ਼ੱਕੀ ਹੈ ਪੈਰਾਂ ਵਿੱਚ, ਐਸੀ ਗੱਲ ਕੋਈ ਨਹੀਂ। ਸ਼ਰਧਾ ਬਿਨਾਂ ਵੀ ਮਨੁੱਖ ਚੱਲ ਨਹੀਂ ਸਕਦਾ ਧਰਤ ਦੇ ਖੇਤਰ ਵਿੱਚ। ਪਰ ਇੱਕ ਖਿਆਲ ਕਰਿਓ, ਜਿੰਦੀਆਂ ਅੱਖਾਂ ਨਾ ਹੋਣ ਉਹ ਪੈਰਾਂ ਨਾਲ ਚੱਲਣ ਦੀ ਕੋਸ਼ਿਸ਼ ਕਰੇ ਠੇਡੇ ਹੀ ਖਾਂਦਾ। ਜਿੰਦੀਆਂ ਅੱਖਾਂ ਨਾ ਹੋਣ ਉਹ ਪੈਰਾਂ ਨਾਲ ਚੱਲਣ ਦੀ ਕੋਸ਼ਿਸ਼ ਕਰੇ, ਕੋਈ ਮੰਜ਼ਿਲ ਨਹੀਂ ਜਿੰਦੀ। ਅੱਖਾਂ ਦੀ ਪਹਿਲਾਂ ਲੋੜ, ਅੱਖਾਂ ਨੇ ਦਿਸ਼ਾ ਨਿਸ਼ਚਿਤ ਕਰਨੀ, ਅੱਖਾਂ ਨੇ ਸਪੀਡ ਨਿਸ਼ਚਿਤ ਕਰਨੀ, ਅੱਖਾਂ ਨੇ ਫੈਸਲਾ ਦੇਣਾ ਤੂੰ ਕਿਹੜੇ ਪਾਸੇ ਜਾਣਾ, ਕਦਮਾਂ ਨੇ ਆਪੇ ਥੋੜਾ ਤੁਰ ਪੈਣਾ। ਜਿਹੜਾ ਅੱਖਾਂ ਵੀ ਹੋਣਾ ਕੋਈ ਪੈਰ ਹੈ, ਬੜੀ ਇਕਾਗਰਤਾ ਮੰਗਣਾ ਵਿੱਚ ਵਾਰ ਵਾਰ ਆਪਾਂ ਗਿਆਨ ਵੀ ਹੋਣਾ ਗਾਵੇ ਜੀਤ, ਅੱਖਾਂ ਤੋਂ ਬਿਨਾਂ ਬਵੇਕ ਕੋਈ ਨਹੀਂ। ਸ਼ਰਧਾ ਦੇ ਪੈਰਾਂ ਨਾਲ ਤੁਰਨਾ ਚਾਹੁੰਦਾ ਬੜਾ ਮੁਸ਼ਕਲ। ਇੱਕ ਤਰੀਕਾ ਹੈ, ਮੈਂ ਜਿਹੜੇ ਪਾਸੇ ਵਧਣਾ ਚਾਹੁੰਦਾ, ਇੱਕ ਤਰੀਕਾ ਹੈ, ਜਿਹਦੀਆਂ ਅੱਖਾਂ ਨਾ ਹੋਣ ਨਾ ਪੈਰ ਹੋਣ ਉਹਨੂੰ ਅੰਧਲਾ ਆਖਦੇ। ਜਿਹਦੀਆਂ ਅੱਖਾਂ ਨਾ ਹੋਣ ਪੈਰ, ਬਾਕੀ ਸਾਰਾ ਸਰੀਰ ਸਾਬਤ ਹੋ ਗਿਆ, ਪਰ ਅੱਖਾਂ ਨਾ ਹੋਣ ਅੰਧਲਾ ਆਖਦੇ। ਤੇ ਅੰਧਲੇ ਨੂੰ ਜਦੋਂ ਕਿਤੇ ਜਾਣਾ ਪੈ ਜਾਏ ਉਹ ਤੁਰ ਤੇ ਸਕਦਾ, ਪਰ ਉਹਨੂੰ ਕਿਸੇ ਦੀ ਬਾਂਹ ਫੜਨੀ ਪੈਂਦੀ ਹੈ। ਲਓ ਇੱਥੇ ਰੁਕਣਾ ਚਾਹੁੰਦਾ, ਅੰਦਰ ਤੁਰ ਸਕਦਾ, ਆਪਣੀਆਂ ਲੱਤਾਂ ਨਾਲ ਤੁਰਦਾ, ਪਰ ਦਿਸ਼ਾ ਨਹੀਂ ਕਰ ਸਕਦਾ, ਪਛਾਣ ਨਹੀਂ ਕਰ ਸਕਦਾ ਆਪਣੀ ਮੰਜ਼ਿਲ ਦੀ। ਇਸ ਲਈ ਉਹਨੂੰ ਕਿਸੇ ਦੀ ਬਾਂਹ ਫੜ ਕੇ ਤੁਰਨਾ ਪੈਂਦਾ ਕਿ ਪਿੱਛੇ ਪਿੱਛੇ ਤੁਰਨਾ ਪੈਂਦਾ। ਜਿੱਧਰ ਮਰਜ਼ੀ ਉਹ ਲੈ ਜਾਏ, ਭਾਵੇਂ ਜਿਹੜੀ ਦਿਸ਼ਾ ਵੱਲ ਮਰਜ਼ੀ ਲੈ ਜਾਏ, ਉਹਨੂੰ ਵਿਸ਼ਵਾਸ ਭਰੋਸਾ ਵੀ ਕਰਨਾ ਪੈਂਦਾ ਵੀ ਜੇ ਉੱਧਰ ਵੀ ਲਈ ਜਾਂਦਾ ਠੀਕ ਹੀ ਲਈ ਜਾਂਦਾ। ਮੈਂ ਤੇ ਦੇਖ ਨਹੀਂ ਸਕਦਾ, ਦੇਖ ਇਹ ਸਕਦਾ। ਬਲਕਿ ਇੱਕ ਹੋਰ ਉਹ ਤੋਂ ਮਾੜੀ ਗੱਲ ਇਹ ਹੈ ਕਿ ਜਿਹਦੀਆਂ ਅੱਖਾਂ ਨਾ ਹੋਣ ਕਈ ਵਾਰ ਉਹ ਇੰਨੀ ਗਲਤੀ ਕਰ ਬੈਂਦਾ ਵੀ ਇਹ ਵੀ ਨਹੀਂ ਜਾਣ ਸਕਦਾ ਜਿਹਦੀ ਬਾਂਹ ਫੜੀਏ, ਇਹ ਵੀ ਤੇ ਕਿਤੇ ਅੰਦਲਾ ਨਹੀਂ। ਗੁਰਬਾਣੀ ਕੋਈ ਪੱਖ ਛੱਡਿਆ ਨਹੀਂ। ਮੈਂ ਜਦੋਂ ਸਤਿਗੁਰੂ ਸ੍ਰੀ ਗੁਰੂ ਸਾਹਿਬ ਦੀ ਗੋਦੀ ਵਿੱਚ ਬੈਠਣਾ, ਇਉਂ ਸਾਰੇ ਨਜ਼ਾਰੇ ਦੁਨੀਆਂ ਦੇ ਸਾਹਮਣੇ ਆ ਜਾਂਦੇ। ਗੁਰੂ ਕਹਿੰਦੇ ਨੇ ਭਰਿਆ, ਕਈ ਵਾਰੀ ਐਸਾ ਵੀ ਹੁੰਦਾ ਅੰਦਲਾ ਵੀ ਹੋਇਆ, ਤੇ ਅੰਦਲਾ ਆਦਮੀ ਜਿੰਦੀ ਬਾਂਹ ਫੜ ਕੇ ਤੁਰਨਾ ਚਾਹੁੰਦਾ, ਕਈ ਵਾਰ ਇਹ ਵੀ ਨਹੀਂ ਪਛਾਣ ਸਕਦਾ ਕਿ ਇਹ ਵੀ ਅੰਦਲਾ ਤੇ ਨਹੀਂ। ਗੁਰੂ ਆਖਦੇ ਅੰਧੇ ਕੇ ਰਾਹ ਦੱਸੀਐ ਅੰਧਾ ਹੋਏ ਸੋ ਜਾਏ, ਅੰਧੇ ਕੇ ਰਾਹ ਦੱਸੀਐ ਅੰਧਾ ਹੋਏ ਸੋ ਜਾਏ, ਹੋਏ ਸੁਜਾ ਖਾ ਨਾਨਕਾ ਸੋ ਕਿਉਂ ਉਜੜ ਪਾ। ਪੈਰ ਹਨ ਅੱਖਾਂ ਕੋਲ, ਉਹ ਕਈ ਵਾਰ ਅੰਧਲੇ ਦੀ ਬਾਂਹ ਫੜ ਕੇ ਤੁਰਨ ਦੀ ਕੋਸ਼ਿਸ਼ ਕਰਦਾ, ਪਰ ਉਹਦੀ ਇਹ ਮਜਬੂਰੀ ਹੈ, ਉਹਨੂੰ ਕਿਸੇ ਦੀ ਬਾਂਹ ਫੜ ਕੇ ਤੁਰਨਾ ਪੈਂਦਾ। ਜਿਹਦੇ ਕੋਲ ਅੱਖਾਂ ਨਾ ਹੋਣ ਪੈਰ ਹੋਣ। ਲਓ ਧਰਮ ਦੇ ਖੇਤਰ ਵਿੱਚ ਇੱਕ ਭਾਣਾ ਵਾਪਰ ਗਿਆ। ਧਰਮ ਦੇ ਖੇਤਰ ਵਿੱਚ, ਕਿਉਂਕਿ ਇਹ ਮੰਜ਼ਿਲ ਦੂਜੀਆਂ ਮੰਜ਼ਿਲਾਂ ਨਾਲੋਂ ਬੜੀ ਔਖੀ ਸੀ, ਇੱਕ ਅਵਘਟ ਘੱਟ ਹੀ ਰਾਮ ਦੀ, ਰੱਬ ਦਾ ਰਸਤਾ ਕਿ ਸੌਖਾ ਥੋੜੋ ਹੈ, ਇੱਕ ਅਵਘਟ ਘੱਟ ਹੀ ਰਾਮ ਦੀ। ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਇੱਕ ਅਵਘਟ ਘੱਟ ਹੀ ਰਾਮ ਕੀਤੇ ਚੜ ਰਹੇ ਹੋ ਕਬੀਰ, ਰਸਤਾ ਬੜਾ ਔਖਾ। ਧਰਮ ਦਾ ਖੇਤਰ, ਧਰਮ ਦਾ ਰਸਤਾ, ਤੇ ਦੁਨੀਆਂ ਦਾ ਹਰ ਮਨੁੱਖ ਰੱਬ ਨੂੰ ਮਿਲਣਾ ਚਾਹੁੰਦਾ, ਰੱਬ ਨੂੰ ਮਿਲਣਾ ਚਾਹੁੰਦਾ। ਕਿਹੜਾ ਮਨੁੱਖ ਭਲਾ ਜਿਹੜਾ ਰੱਬ ਨੂੰ ਨਹੀਂ ਮਿਲਣਾ ਚਾਹੁੰਦਾ, ਮਿਲਣਾ ਚਾਹੁੰਦਾ। ਬ੍ਰਾਹਮਣ ਬੜਾ ਸਿਆਣਾ ਸੀ। ਲੋ ਇੱਥੇ ਕੁਝ ਗੱਲਾਂ ਅਸੀਂ ਦੋਵਾਂ ਪਾਸਿਓਂ ਦੇਖ ਲਈਆਂ ਨੇ। ਬ੍ਰਾਹਮਣ ਬੜਾ ਸਿਆਣਾ ਸੀ, ਉਹਨੇ ਆਖਿਆ ਧਰਮ ਹੀ ਬਣਨਾ ਚਾਹੁੰਦਾ, ਧਰਮ ਦੇ ਰਾਹ ਤੇ ਤੁਰਨਾ ਚਾਹੁੰਦਾ, ਤੇ ਜੇ ਇਹਨੂੰ ਅੱਖਾਂ ਮਿਲ ਗਈਆਂ, ਜੇ ਇਹਨੂੰ ਅੱਖਾਂ ਮਿਲ ਗਈਆਂ ਫਿਰ ਮੇਰੀ ਬਾਂਹ ਕਿਵੇਂ ਫੜੇਗਾ, ਮੈਂ ਇਹਨੂੰ ਗੁਲਾਮ ਕਰਨਾ, ਇਹ ਮੇਰੀ ਮਰਜ਼ੀ ਨਾਲ ਚੱਲੇ।
धर्म का एक भी पैर एक भी कदम ना उठा सके